ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸੰਗਰੂਰ ਤੋਂ। ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜੋ 16 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ ਉਹਨਾਂ ਚੋਂ ਅਮਰਗੜ੍ਹ ਤੋਂ ਉਮੀਦਵਾਰ ਬਣਾਏ ਗਏ ਸੁਰਜੀਤ ਸਿੰਘ ਧੀਮਾਨ ਨੇ ਆਪਣੀ ਟਿਕਟ ਮੋੜ ਦਿੱਤੀ ਹੈ। ਪਾਰਟੀ ਵੱਲੋਂ ਦੇਰੀ ਨਾਲ ਟਿਕਟਾਂ ਦਾ ਐਲਾਨ ਕਾਰਨ ਧੀਮਾਨ ਖਫਾ ਨੇ ਆਪਣੀ ਨਾਰਾਜ਼ਗੀ ਅਤੇ ਟਿਕਟ ਮੋੜਨ ਦੀ ਗੱਲ ਦੀ ਜਾਣਕਾਰੀ ਧੀਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਸਟੇਟਸ ਪਾ ਕੇ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ 2012 'ਚ ਵੀ ਸਿਰਫ 20 ਦਿਨ ਪਹਿਲਾਂ ਟਿਕਟ ਮਿਲਣ ਕਾਰਨ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਵਾਰ ਵੀ ਉਹੀ ਗਲਤੀ ਦੁਹਰਾਈ ਗਈ ਹੈ।